ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼। ਬੇਅਦਬੀ ਦੇ ਮੁੱਦੇ ਨੂੰ ਲੈ ਕੇ ਕੈਪਟਨ ਅਮਰਿੰਦਰ ਸਿੰਘ ਆਪਣੇ ਹੀ ਬੁਣੇ ਜਾਲ ਵਿੱਚ ਫਸਦੇ ਦਿਖਾਈ ਦਿੰਦੇ ਨੇ ਅਤੇ ਪੰਜਾਬ ਸਰਕਾਰ ਦੇ ਸਾਬਕਾ ਪ੍ਰਧਾਨ ਪ੍ਰਤਾਪ ਸਿੰਘ ਬਾਜਵਾ ਨੇ ਕੈਪਟਨ ਅਮਰਿੰਦਰ ਸਿੰਘ ਦੇ ਕਾਫ਼ੀ ਵੱਡੇ ਸਵਾਲ ਚੁੱਕ ਦਿੱਤੇ ਸਨ। ਪ੍ਰਤਾਪ ਸਿੰਘ ਬਾਜਵਾ ਦਾ ਕਹਿਣਾ ਸੀ ਕਿ ਪੰਜਾਬ ਦਾ ਐਡਵੋਕੇਟ ਜਨਰਲ ਅਤੁਲ ਨੰਦਾ ਨਾਕਾਬਲ ਹੈ, ਉਸਨੂੰ ਹਟਾਇਆ ਜਾਣਾ ਚਾਹੀਦਾ ਅਤੇ ਐੱਸਆਈਟੀ ਦਾ ਚੀਫ ਪ੍ਰਮੋਦ ਕੁਮਾਰ ਨੇ ਸੀਬੀਆਈ ਨੂੰ ਚਿੱਠੀ ਕਿਉਂ ਲਿਖੀ ਅਤੇ ਕੈਪਟਨ ਅਮਰਿੰਦਰ ਸਿੰਘ ਨੂੰ ਇਸ ਦਾ ਜਵਾਬ ਦੇਣਾ ਚਾਹੀਦਾ ਹੈ। ਪ੍ਰਤਾਪ ਸਿੰਘ ਬਾਜਵਾ ਦੇ ਇਹਨਾਂ ਸਵਾਲਾਂ ਤੋਂ ਬਾਅਦ ਕਾਂਗਰਸ ਪਾਰਟੀ ਦੇ ਵਿੱਚ ਤਰਥੱਲੀ ਮੱਚਦੀ ਦਿਖਾਈ ਦਿੰਦੀ ਹੈ ਅਤੇ ਕਾਂਗਰਸ ਪਾਰਟੀ ਦੇ ਨੁਮਾਇੰਦੇ ਨੂੰ ਇਸ ਦਾ ਕੋਈ ਵੀ ਸਵਾਲ ਸੁੱਝ ਨਹੀਂ ਰਿਹਾ। ਜਦੋਂ ਰਵਨੀਤ ਸਿੰਘ ਬਿੱਟੂ ਨੇ ਇਸ ਬਾਰੇ ਪੁੱਛਿਆ ਤਾਂ ਉਹਨਾਂ ਨੇ ਸਾਰੀ ਗੱਲ ਕੇਂਦਰ ਤੇ ਸੁੱਟ ਦਿੱਤੀ। ਵਿੱਚ ਬੜੀ ਟੈਕਨੀਕਲੀ ਗੱਲਾਂ ਨੇ ਜਿਹੜੀਆਂ ਕਿ ਕਾਨੂੰਨੀ ਮਾਹਰਾਂ ਨੂੰ ਪਤਾ ਹੁੰਦੀਆਂ ਅਤੇ ਮੈਂ ਭਲੀ ਭੰਤੀ ਉਹ ਜਾਣਦਾ ਗੱਲਾਂ, ਚਾਹੇ ਮੈਂ ਪਾਰਲੀਮੈਂਟ 'ਚ ਗੱਲ ਕੀਤੀ। ਇਹ ਬਹੁਤ ਵੱਡੀ ਖੇਡ ਆ ਜਿਹੜੀ ਇਹ ਸੈਂਟਰਲ ਸਰਕਾਰ ਬਹੁਤ ਵੱਡੀ ਖੇਡ ਖੇਡ ਰਹੇ ਆ। ਉਹ ਖੇਡ ਦੇ ਵਿੱਚ ਬੀਜੇਪੀ ਅਤੇ ਅਕਾਲੀ ਦਲ ਰਲਿਆ ਹੋਇਆ ਅਤੇ ਇਹ ਪੰਜਾਬ ਇੱਕ ਸਰਕਾਰ ਆ, ਉਹ ਦੇਸ਼ ਦੀ ਸਰਕਾਰ ਆ, ਉਹ ਸੀਬੀਆਈ ਨਾਲ ਰਲ ਕੇ, ਜਿਵੇਂ ਆਪਾਂ ਹੁਣ ਸੀਬੀਆਈ ਦਾ ਦੇਖ ਹੀ ਲਿਆ ਵੀ ਕਿਵੇਂ ਤੋਤਾ ਰਾਮ ਜਿਹੜਾ ਹੈ ਉਹ ਉਹਨਾਂ ਦੇ ਪਿੰਜਰੇ 'ਚ ਬੰਦ ਆ, ਅਤੇ ਉਹ ਸਾਰੀਆਂ ਖੇਡਾਂ ਜਿਹੜੀਆਂ ਇਹ ਆਉਣ ਦੇ ਆਉਣ ਵਾਲੇ ਦਿਨਾਂ 'ਚ ਤੁਹਾਡੇ ਮੂਹਰੇ ਵੀ ਰੱਖਾਂਗੇ ਇਹ ਗੱਲਾਂ। ਇਹ ਟੋਟਲ ਹੋਮ ਮਿਨਿਸਟਰੀ, ਟੋਟਲ ਸੈਂਟਰ ਦੀ ਸਰਕਾਰ, ਸੀਬੀਆਈ ਅਤੇ ਇਹ ਟੋਟਲ ਖੇਡਾਂ ਖੇਡ ਰਹੇ ਆ। ਜਦੋਂ ਦੂਜੇ ਪਾਸੇ ਇਸ ਮੁੱਦੇ ਬਾਰੇ ਕੈਬਨਿਟ ਮੰਤਰੀ ਰਾਣਾ ਸੋਢੀ ਤੋਂ ਪੁੱਛਿਆ ਗਿਆ ਤਾਂ ਉਹਨਾਂ ਦਾ ਕਹਿਣਾ ਕਿ ਉਹਨਾਂ ਨੂੰ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ 'ਤੇ ਪੂਰਾ ਭਰੋਸਾ ਹੈ। ਸਭ ਜੁਡਿਸ ਹੋ ਚੁੱਕਾ ਸੀਗਾ ਕੋਰਟ ਦੇ ਵਿੱਚ, ਉਹਦੇ 'ਤੇ ਸਿੱਟ ਬੈਠ ਚੁੱਕੀ ਸੀਗੀ, ਜਸਟਿਸ ਰਣਜੀਤ ਸਿੰਘ ਦਾ ਕਮਿਸ਼ਨ ਬੈਠ ਚੁੱਕਾ ਸੀਗਾ। ਉਹਦੇ 'ਤੇ ਜਿਹੜੀਆਂ ਵੀ ਲੀਗੈਲਿਟੀਜ਼ ਨੇ ਔਰ ਜਿਹੜੀ ਵੀ ਅਸੀਂ ਹੁਣ ਦੁਬਾਰਾ ਫਿਰ ਇਸ ਚੀਜ਼ ਦਾ ਫੈਸਲਾ ਕੀਤਾ ਹੈਗਾ ਮੁੱਖ ਮੰਤਰੀ ਜੀ ਨੇ ਵੀ ਉਹਦਾ ਜਿਹੜਾ ਕੇਸ ਹੈਗਾ ਉਹ ਕਲੋਜਰ ਗਲਤ ਹੋਇਆ, ਔਰ ਉਹਦੇ 'ਚ ਸੀਬੀਆਈ ਨੇ ਕੋਈ ਜਾਣਬੁੱਝ ਕੇ ਇਹਦੇ 'ਚ ਮੈਨੂੰ ਲੱਗਦਾ ਕਿ ਉਹਨਾਂ ਦੀ ਕੋਈ ਮਿਲੀ ਭੁਗਤ ਹੈ, ਇਹਦੀ ਛਾਣਬੀਨ ਹੋ ਰਹੀ ਹੈ। ਔਰ ਮੈਨੂੰ ਅਤੁਲ ਨੰਦਾ ਜੀ ਦੀ ਕੈਪੇਬਿਲਿਟੀ 'ਤੇ ਕੋਈ ਡਾਊਟ ਨਹੀਂ, ਬੜੇ ਸਿਆਣੇ ਔਰ ਬੜੇ ਐਕਸਪੀਰੀਅੰਸ। ਦਰਅਸਲ ਇਹ ਮੁੱਦਾ ਹੈ ਕਿ ਇੱਕ ਵਾਰ ਫਿਰ ਤੋਂ ਤੁਹਾਨੂੰ ਯਾਦ ਕਰਵਾ ਦਿੰਦੇ ਕਿ ਪੰਜਾਬ ਦੀ ਵਿਧਾਨ ਸਭਾ ਦੇ ਵਿੱਚ ਇੱਕ ਮਤਾ ਪਾਸ ਕੀਤਾ ਗਿਆ ਸੀ ਕਿ ਸਾਨੂੰ ਸੀਬੀਆਈ ਦੀ ਜਾਂਚ 'ਤੇ ਯਕੀਨ ਨਹੀਂ ਹੈ, ਇਸ ਕਰਕੇ ਵਿਧਾਨ ਸਭਾ ਦੇ ਵਿੱਚ ਸਾਰੇ ਵਿਧਾਇਕਾਂ ਨੇ ਮਤਾ ਪਾਸ ਕੀਤਾ ਸੀ ਕਿ ਜਾਂਚ ਸੀਬੀਆਈ ਤੋਂ ਵਾਪਸ ਲੈ ਕੇ ਪੰਜਾਬ ਸਰਕਾਰ ਦੁਆਰਾ ਬਣਾਈ ਗਈ ਟੀਮ ਐੱਸਆਈਟੀ ਜਿਸਦੇ ਚੀਫ ਪ੍ਰਮੋਦ ਕੁਮਾਰ ਨੇ ਉਹ ਜਾਂਚ ਕਰਨਗੇ। ਪੰਜਾਬ ਸਰਕਾਰ ਖੁਦ ਇਸ ਦੀ ਜਾਂਚ ਕਰੇਗਾ, ਸੀਬੀਆਈ 'ਤੇ ਸਾਨੂੰ ਭਰੋਸਾ ਨਹੀਂ ਹੈ, ਇਸ ਕਰਕੇ ਸੀਬੀਆਈ ਤੋਂ ਜਾਂਚ ਵਾਪਸ ਲਈ ਜਾਣੀ ਚਾਹੀਦੀ ਹੈ। ਪਰ ਐੱਸਆਈਟੀ ਦੇ ਚੀਫ ਪ੍ਰਮੋਦ ਕੁਮਾਰ ਨੇ ਸੀਬੀਆਈ ਨੂੰ ਚਿੱਠੀ ਲਿਖੀ ਸੀ ਕਿ ਉਹਨਾਂ ਦਾ ਕਹਿਣਾ ਹੈ ਕਿ ਤੁਸੀਂ ਇੱਕ ਵਾਰ ਇਸ ਦੀ ਜਾਂਚ ਜ਼ਰੂਰ ਕਰੋ, ਇਸ ਕਰਕੇ ਮਸਲਾ ਹੁਣ ਉਲਝਦਾ ਜਾ ਰਿਹਾ ਹੈ। ਉੱਧਰ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕੈਪਟਨ ਅਮਰਿੰਦਰ ਸਿੰਘ ਨੂੰ ਕਿਹਾ ਕਿ ਪ੍ਰਮੋਦ ਕੁਮਾਰ ਨੂੰ ਇਹ ਪੁੱਛੋ ਕਿ ਉਸਨੇ ਕਿਸ ਦੇ ਕਹਿਣ 'ਤੇ ਚਿੱਠੀ ਸੀਬੀਆਈ ਨੂੰ ਲਿਖੀ ਹੈ। ਇਸ ਕਰਕੇ ਪ੍ਰਤਾਪ ਸਿੰਘ ਬਾਜਵਾ ਨੇ ਸਿੱਧਾ ਹੀ ਕਹਿ ਦਿੱਤਾ ਕਿ ਜਾਂ ਤਾਂ ਪ੍ਰਮੋਦ ਕੁਮਾਰ ਰਲਿਆ ਹੋਇਆ ਜਾਂ ਫਿਰ ਕੈਪਟਨ ਅਮਰਿੰਦਰ ਸਿੰਘ ਦੀ ਸਹਿਮਤੀ ਨਾਲ ਉਸਨੇ ਸੀਬੀਆਈ ਨੂੰ ਚਿੱਠੀ ਲਿਖੀ ਹੈ। ਪ੍ਰਤਾਪ ਸਿੰਘ ਬਾਜਵਾ ਨੇ ਪੰਜਾਬ ਦੇ ਐਡਵੋਕੇਟ ਜਨਰਲ ਅਤੁਲ ਨੰਦਾ 'ਤੇ ਵੀ ਸਵਾਲ ਉਠਾਏ। ਪੰਜਾਬ ਸਰਕਾਰ ਨੇ ਐੱਸਆਈਟੀ 'ਤੇ ਭਰੋਸਾ ਕਰਕੇ ਸੀਬੀਆਈ ਤੋਂ ਜਾਂਚ ਵਾਪਸ ਮੰਗੀ ਸੀ, ਪਰ ਐੱਸਆਈਟੀ ਦਾ ਚੀਫ ਚਿੱਠੀ ਲਿਖ ਕੇ ਕਹਿੰਦਾ ਕਿ ਸੀਬੀਆਈ ਜਾਂਚ ਦੁਬਾਰੇ ਕਰੇ, ਇਸ ਕਰਕੇ ਮਾਮਲਾ ਦਿਨੋ ਦਿਨ ਉਲਝਦਾ ਦਿਖਾਈ ਦੇ ਰਿਹਾ ਹੈ। ਹੁਣ ਇੱਕ ਸਵਾਲ ਸਾਰੇ ਦਰਸ਼ਕਾਂ ਤੋਂ ਪੁੱਛਦੇ ਹਾਂ ਕਿ ਐੱਸਆਈਟੀ ਦੇ ਚੀਫ ਪ੍ਰਮੋਦ ਕੁਮਾਰ ਨੇ ਸੀਬੀਆਈ ਨੂੰ ਚਿੱਠੀ ਲਿਖ ਕੇ ਇਹ ਕਿਉਂ ਕਿਹਾ ਸੀ ਕਿ ਤੁਸੀਂ ਇਸ ਦੀ ਜਾਂਚ ਦੁਬਾਰੇ ਕਰੋ? ਹੁਣ ਤੁਹਾਨੂੰ ਕੀ ਲੱਗਦਾ ਕਿ ਇਸ ਦੇ ਪਿੱਛੇ ਕੈਪਟਨ ਅਮਰਿੰਦਰ ਸਿੰਘ ਨੇ ਜਾਂ ਫਿਰ ਕੇਂਦਰ ਸਰਕਾਰ ਹੈ? ਇਸ ਬਾਰੇ ਤੁਹਾਡੀ ਜੋ ਵੀ ਰਾਏ ਸਾਨੂੰ ਜ਼ਰੂਰ ਦੱਸੋ। ਮੈਂ ਗੁਰਦੀਪ ਸਿੰਘ ਫਿਰ ਹਾਜ਼ਰ ਹੋਵਾਂਗਾ, ਤੁਸੀਂ ਬਣੇ ਰਹੋ ਰੇਜ਼ਿੰਗ ਵੌਇਸ ਦੇ ਨਾਲ। ਅਸੀਂ ਚੱਕਾਂਗੇ ਤੁਹਾਡੇ ਹੱਕ ਦੀ ਆਵਾਜ਼।